ਕੁਛ ਕਹਿੰਦਾ ਚੰਗਾ ਤਾਂ ਨਹੀਂ ਲੱਗਦਾ, ਪਰ ਕਿਉਂ ਬਹੁਤ ਵਾਰੀ ਸਾਰੀਆਂ ਗੱਲਾਂ ਹੋਈਆਂ ਵੀ ਅਸੀਂ 23 ਤੇ ਲੜਦੇ ਰਹੇ, ਅਸੀਂ 3 ਤੇ ਲੜਦੇ ਰਹੇ, ਬਹੁਤ ਲੰਬਾ ਅਰਸਾ ਹੋ ਗਿਆ ਸਾਹਿਬ ਕਦੋਂ 96-97 'ਚ ਸਮਝੌਤਾ ਕੀਤਾ ਹੈ। ਮੇਰੀ ਤਾਂ ਇੱਕੋ ਹੀ ਬੇਨਤੀ ਹੈ, ਕਹਿੰਦੇ ਨੇ ਜਦੋਂ ਸਕੂਲ 'ਚੋਂ ਨਿਕਲ ਕੇ ਕਾਲਜ 'ਚ ਜਾਂਦੇ ਹਾਂ, ਬੰਦਾ ਕਹਿੰਦਾ ਖੁਦ ਮੁਖਤਿਆਰ ਹੋ ਗਿਆ, ਆਪਾਂ ਨੂੰ ਆ ਜਿਹੜਾ ਛੋਟਾ ਭਾਈ ਵਾਲੀ ਸੋਚ ਨਾ ਛੱਡਣੀ ਪਊਗੀ ਸਾਹਿਬ। ਛੋਟਾ ਭਾਈ ਸਿੰਡਰੋਮ ਖਤਮ ਕਰਨਾ ਪਊਗਾ ਸਾਹਿਬ, ਜ਼ਿੰਮੇਵਾਰੀ ਬਹੁਤ ਵੱਡੀ ਹੈ। ਬੰਦਾ ਹਾਲਾਤ ਨਾਲ ਨਿਪਟਦਾ, ਜੇ ਪਹਿਲਾਂ ਸਮਝੌਤੇ ਦੇ ਕਾਰਨ ਅਸੀਂ ਜਿਸ ਵਾਜਪੇਈ ਸਾਹਿਬ ਨੇ ਜਿਸ ਤਰ੍ਹਾਂ ਗਠਬੰਧਨ ਧਰਮ ਦੀ ਗੱਲ ਕੀਤੀ ਸੀਗੀ, ਜਿਹਨਾਂ ਉਹ ਬੰਦਿਸ਼ਾਂ ਦੇ ਪਾਰਟੀ ਦੇ ਉਹਨਾਂ ਅਸੂਲਾਂ ਦੇ ਖੜ ਕੇ ਆਪਾਂ ਉਸੇ ਗੱਲ 'ਤੇ ਪਹਿਰਾ ਦਿੱਤਾ, ਅਤੇ ਆਪਾਂ ਆ ਨਹੀਂ ਵੀ ਤਾਕਤ ਦੀ ਕਮਜ਼ੋਰੀ ਸੀਗੀ, ਵਰਕਰ ਤਾਂ ਸਾਡਾ ਉਦੋਂ ਵੀ ਕਮਿਟਮੈਂਟ ਸੀਗਾ। ਵਰਕਰ ਦੀ ਗੱਲ ਛੱਡੋ ਸਾਹਿਬ, ਤੁਹਾਡੇ ਉਹ ਕਹਿੰਦੇ ਜਿੱਥੇ ਆਪਾਂ ਨੂੰ ਵਰਕਰ ਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ, ਉਸੇ ਤਰ੍ਹਾਂ ਪਾਰਟੀ ਨੂੰ ਆਪਣੇ ਸ਼ੁਭ ਚਿੰਤਕਾਂ ਦਾ ਵੀ ਅਹਿਸਾਸ ਨਹੀਂ, ਕਿੱਥੇ ਕਿੱਥੇ ਬੈਠੇ ਹੈ। ਇੱਕ ਭ੍ਰਾਂਤੀ ਫੈਲਾਤੀ ਗਈ ਸਾਹਿਬ, ਉਹ ਭ੍ਰਾਂਤੀਆਂ ਨੂੰ ਦੂਰ ਕਰਨਾ ਸਾਹਿਬ, ਜਦੋਂ ਆਪਾਂ ਆਪਣੇ ਦਿਲ ਵੱਡੇ ਕਰ ਲਏ, ਨਹੀਂ ਸਾਹਿਬ ਅਸੀਂ ਹੁਣ ਖੁਦ ਮੁਖਤਾਰ ਹੋ ਗਿਆ, ਆਪਾਂ ਆਪਣੀ ਲੜਾਈ ਲੜਨੀ ਹੈ, ਫਿਰ ਉਹਦੇ ਬਾਅਦ ਤਾਂ ਕੋਈ ਕਿਲ੍ਹਾ ਫਤਿਹ ਹੈ ਸਾਹਿਬ, ਦੇਖ ਤੇ ਫਤਿਹ ਕਰਦੇ ਤੁਰੇ ਜਾਵਾਂਗੇ ਆਪਾਂ, ਕੋਈ ਇਸ਼ੂ ਹੀ ਨਹੀਂ ਸਾਹਿਬ। ਸਾਰਿਆਂ ਨੇ ਮਿਲ ਕੇ ਅੱਗੇ ਇਸ ਪੰਜਾਬ ਦੇ ਹਿੱਤਾਂ ਦੇ ਉੱਤੇ ਪਹਿਰਾ ਦੇਣਾ ਹੈ, ਜੋ ਸਾਡੀ ਜਵਾਨੀ, ਸਾਡਾ ਹੱਸਦਾ ਖੇਡਦਾ ਰੰਗਲਾ ਪੰਜਾਬ ਸੀਗਾ, ਅੱਜ ਉਦਾਸ ਨਿਰਾਸ਼ ਹਤਾਸ਼ ਪੰਜਾਬ ਬਣਿਆ ਖੜਾ ਸਾਹਿਬ। ਕੋਈ ਨਸ਼ੇ ਨਾਲ ਮਰਿਆ ਪਿਆ, ਕੋਈ ਸਰਕਾਰ ਦੀ ਨਲਾਇਕੀਆਂ ਨਾਲ ਅੱਜ ਉਦਾਸ ਹੈ, ਕਿਸੇ ਨੂੰ ਆਪਣੀ ਜਾਨ ਦਾ ਫਿਕਰ ਪਿਆ ਖੜਾ ਹੈ, ਕਿਸੇ ਆਪਣੇ ਫਰੋਤੀਆਂ ਦੇ ਚੱਕਰ 'ਚ ਪਏ ਹੈ, ਨਾ ਕਿਸਾਨ ਨੂੰ ਭਵਿੱਖ ਦਿਖਦਾ, ਨਾ ਆਪਣੇ ਨੌਜਵਾਨ ਨੂੰ ਭਵਿੱਖ ਦਿਖਦਾ, ਨਾ ਦੇਸ਼ ਦੇ ਪ੍ਰਤੀ, ਜਿਸ ਕੌਮ ਨੇ ਹਮੇਸ਼ਾ ਪੰਜਾਬ ਨੂੰ ਇੱਕ ਨੰਬਰ 'ਤੇ ਰੱਖਿਆ, ਇੱਕ ਨੰਬਰ ਦਾ ਸੂਬਾ ਸੀਗਾ ਸਾਹਿਬ ਪੰਜਾਬ, ਅੱਜ ਪੰਜਾਬ ਕਿੱਥੇ ਖੜਾ ਹੈ? ਉਹਨੂੰ ਬਹਾਲ ਕਰਨ ਵਾਸਤੇ ਮੈਂ ਆ ਤੁਹਾਨੂੰ ਇੱਕ ਬੇਨਤੀ ਕਰਨਾ ਹੈ ਸਾਹਿਬ, ਲੈਸ ਗੈਟ ਓਵਰ ਦਿਸ ਸਿੰਡਰੋਮ ਆਫ ਵੀ ਆਪਾਂ ਤਾਂ ਜੀ ਆਪਾਂ ਤਾਂ ਮਾਈਨਰ ਪਾਰਟਨਰ ਆ, ਮਾਈਨਰ ਮੁਰ ਨਹੀਂ ਸਾਹਿਬ ਜੀ, ਅੱਜ ਪੰਜਾਬ ਆਪਣਾ ਹੈ, ਆਪਾਂ ਪੰਜਾਬ ਦੇ ਨਾਲ ਖੜਾਂਗੇ, ਪੰਜਾਬ ਤਾਂ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਲਾਉਂਦਾ, ਸੋਚ ਬਦਲੀਏ ਸਾਹਿਬ, ਅਗਰ ਨਿਗਾਹ ਬਦਲੋਗੇ ਨਜ਼ਾਰੇ ਬਦਲ ਜਾਏਂਗੇ ਸਾਹਿਬ, ਨਿਗਾਹ ਬਦਲੋ ਨਜ਼ਾਰੇ ਬਦਲ ਜਾਣਗੇ। ਲਾਲਚੰਦ ਜੀ ਉਹਨਾਂ ਨੇ ਫਲਕ ਨੇ ਲਿਖਿਆ ਹੈ, ਕਹਿੰਦਾ ਤੂੰ ਵੀ ਬਦਲ ਫਲਕ, ਤੂੰ ਵੀ ਬਦਲ ਫਲਕ, ਜ਼ਮਾਨਾ ਬਦਲ ਗਿਆ ਹੈ, ਸਮਾਂ ਬਦਲ ਗਿਆ ਸਾਹਿਬ, ਇੱਕ ਚੁਣੌਤੀ ਹੈ ਆਪਣੇ ਸਾਹਮਣੇ, ਐਂਡ ਦੈਟ ਚੁਣੌਤੀ ਇਜ਼ ਇਨਹੈਰੈਂਟ ਵਿਦ ਪੋਸੀਬਿਲਿਟੀਜ਼। ਆ ਜਿਹੜੀ ਚੁਣੌਤੀ ਉਸ 'ਚ ਆਪਣੇ ਸਾਹਮਣੇ ਸੰਭਾਵਨਾਵਾਂ ਬਹੁਤ ਹੈ, ਉਹਨਾਂ ਸੰਭਾਵਨਾਵਾਂ ਨੂੰ ਆਪਾਂ ਕਿਵੇਂ ਇੰਨੇ ਕੈਸ਼ ਕਰਦੇ ਹਾਂ, ਉਹ ਤੁਹਾਡੀ ਮਿਹਨਤ, ਤੁਹਾਡੇ ਤਜਰਬਾ, ਤੁਹਾਡੀ ਡੈਡੀਕੇਸ਼ਨ, ਤੁਹਾਡੀ ਕਮਿਟਮੈਂਟ ਐਂਡ ਕਮਿਟਮੈਂਟ ਟੂਵਰਡ ਦਾ ਬੈਟਰਮੈਂਟ ਆਫ ਲੋਕਾਂ ਕੋਲ ਸੰਦੇਸ਼ ਲੈ ਕੇ ਜਾਣਾ ਹੈ। ਆਹ ਜਿਹੜੇ ਲੋਕ ਅੱਜ ਪੰਜਾਬ ਦੇ ਭਵਿੱਖ ਨੂੰ ਗਿਰਵੀ ਰੱਖ ਰਹੇ ਆ, ਉਹਨਾਂ ਨੂੰ ਸਮਝਾਉਣਾ ਜਾ ਕੇ ਪਿੰਡੋ ਪਿੰਡ, ਸ਼ਹਿਰੋ ਸ਼ਹਿਰ, ਗਲੀ ਗਲੀ, ਸਾਰਿਆਂ ਨੂੰ ਜਾ ਕੇ, ਅਸੀਂ ਤਾਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਜੀ ਦੀ ਗੱਲ ਕਰਦੇ ਹਾਂ, ਅਸੀਂ ਤਾਂ ਗੁਰੂ ਮਹਾਰਾਜ ਦੇ ਉਸ ਕਦਮਾਂ 'ਤੇ ਚੱਲ ਰਹੇ ਹਾਂ ਵੀ ਅਸੀਂ ਸਾਰਿਆਂ ਨੂੰ ਸਰਬਸਾਂਝੀ ਵਾਲਤਾ ਵਾਲੀ ਗੱਲ ਦੇ ਵਿੱਚ ਲੈ ਕੇ ਲੋਕਾਂ ਨੂੰ ਦੱਸਣਾ ਹੈ ਵੀ ਅਗਰ ਪ੍ਰਧਾਨ ਮੰਤਰੀ ਮੋਦੀ ਜੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਗੱਲ ਕਰਦੇ ਹੈ, ਦੇਸ਼ ਨੂੰ ਨੰਬਰ 1 ਇਕੋਨੋਮੀ ਬਣਾਉਣਾ ਚਾਹੁੰਦੇ, ਉਸ ਇਕਾਨਮੀ 'ਚੋਂ ਹੈ ਜਿਹੜੀ ਰੇਵਣੀਆਂ ਵੰਡ ਕੇ ਕਰਜ਼ਿਆਂ 'ਚ ਡੁਬੋ ਰਹੇ ਆ ਪੰਜਾਬ ਨੂੰ, ਉਹ ਆਉਣਗੇ ਸਾਹਿਬ ਪੈਸੇ ਤਾਂ, ਕਿਤੋਂ ਨੰਬਰ 1 ਇਕੋਨੋਮੀ ਬਣੂਗੀ ਤਾਂ ਆ ਕੇ ਇਹਨਾਂ ਦੇ ਕਰਾਂਗੇ, ਉਹ ਸਾਰੀਆਂ ਗੱਲਾਂ ਕਰਾਂਗੇ ਆਪਾਂ ਬੈਠ ਕੇ ਆਪਸ 'ਚ।